ਆਵਾਜ਼ ਆ ਰਹੀ ਹੈ, ਤਸਵੀਰਾਂ ਚ ਦੇਖ ਸਕਦੇ ਤੁਸੀਂ। ਕਮਲਨਾਥ ਕਲੀਨ ਚਿੱਟ ਦਿੱਤੀ ਇਹਨੇ, ਆਪਣਾ ਰਾਜਾ ਬਣਿੰਗ ਨੇ ਛਿੰਦਵਾੜਾ ਜਾ ਕੇ 10,000 ਸਿੱਖਾਂ ਦਾ ਕਤਲੇਆਮ ਕਾਂਗਰਸੀ ਨੇ ਕਰਾਇਆ, ਕਲੀਨ ਚਿੱਟ ਦਿੱਤੀ ਇਹਨੂੰ। ਕਮਲਨਾਥ ਦਿੱਲੀ ਜਾ ਕੇ ਨਾ ਉਸ ਬੰਦੇ ਨੇ ਦਿੱਤੀ ਹੈ, ਅੱਜ ਇਹਦੀ ਕਰਵਾਲੀ ਨੇ ਪਰਸੋਂ ਕਿਹਾ ਇਹ ਗੁਰੂ ਨਾਨਕ ਦਾ ਪੰਜਾ, ਇਹ ਖੂਨੀ ਪੰਜਾ, ਇਹ ਖੂਨੀ ਪੈ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਸਾਡੇ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਗਏ ਦਰਬਾਰ ਸਾਹਿਬ ਦਿੱਲੀ ਦੇ ਵਿੱਚ 10,000 ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਇਹ ਕਾਂਗਰਸੀ ਗੁੰਡੇ ਨੇ, ਅੱਜ ਬਾਹਰੋਂ ਬੰਦੇ ਲਿਆ ਕੇ ਇੱਥੇ ਬੁਜ਼ਰ ਸ਼ਕਤੀ ਪ੍ਰਦਰਸ਼ਨ ਕਰ ਰਿਹਾ। ਇਹਨਾਂ ਦੀ ਪਤਨੀ ਵੱਲੋਂ ਮਾਫੀ ਮੰਗੀ ਹੈ ਕਿ ਉਹ ਕੋਈ ਮਾਫੀ ਨਹੀਂ, ਮਾਫੀ ਕਿਹੜੀ ਕਬੂਲ ਹੈ, ਪਹਿਲਾਂ ਵਿਆਹ ਦਿੱਤੇ ਨੇ ਫਿਰ ਇਹਨੇ ਪਹਿਲਾਂ ਹੱਥ ਦਿੱਤਾ, ਇਹਨੇ ਪਹਿਲਾਂ ਕਿਹਾ ਕਮਲਨਾਥ ਉਹਦਾ ਕੋਈ ਹੱਥ ਨਹੀਂ ਕਤਲਿਆ, ਮਿਸ ਉੱਥੋਂ ਪਹਿਲਾਂ ਦਿੱਤਾ ਨੇ, ਉਸ ਤੋਂ ਬਾਅਦ ਇੱਥੇ ਅਸੀਂ ਇਲੈਕਸ਼ਨ ਲੜ ਰਿਹਾ, ਬਾਹਰੋਂ ਇਲੈਕਸ਼ਨ ਲੜ ਰਿਹਾ, ਅਸੀਂ ਤਾਂ ਬਾਈਕਾਟ ਕਰਿਆ, ਗੋ ਬੈਕ। ਅਤੇ ਸਾਡੀ ਅਪੀਲ ਬੇਨਤੀ ਹੈ ਲੁਧਿਆਣੇ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਇਹਦੇ ਖਿਲਾਫ ਇਹਨੂੰ ਕੋਈ ਵੋਟ ਨਾ ਪਾਵੇ, ਇਹਦੀ ਜਮਾਨਤ ਜ਼ਬਤ ਕਰਾ ਕੇ ਇਹਨੂੰ ਵਾਪਸ ਭੇਜ ਦਿੰਦੇ। ਰਾਜੀ ਦੇ ਵਿੱਚ ਵੀ ਇੱਕ ਪਾਰਟੀ ਦੇ ਅੰਦਰ ਮਿਲੀ ਸੀ, ਆ ਖੜੇ ਆ ਸਾਹਿਬ, ਇਹਨਾਂ ਦਾ ਹੱਥ ਮੇਰੀ ਗਰਦਨ ਤੇ ਰਿਹਾ, ਦਸ ਮਿੰਟ ਹਾਈਵੇ ਜਾਮ ਕੀਤਾ।